ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਤੇ ਫਿਰ ਕਾਂਗਰਸ ਦੇ ਵੱਡੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਆਇਆ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਆਪਣੇ ਦਮ ਤੇ ਲੋਕ ਸਭਾ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਸਾਰਾ ਕੇਡਰ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣਾਂ ਲੜਨ ਦੇ ਖਿਲਾਫ ਹੈ। ਪੰਜਾਬ ਦੇ ਵਿੱਚ ਆਪ ਦੇ ਰਾਜ ਦੌਰਾਨ ਨਸ਼ਾ ਘਰ ਘਰ ਪਹੁੰਚ ਚੁੱਕਿਆ, ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਨੇ। ਕਾਂਗਰਸ ਸਰਕਾਰ ਵੇਲੇ ਸ਼ੁਰੂ ਕਰਵਾਏ ਗਏ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਆਪ ਲੀਡਰ ਵਾਹ ਵਾਹ ਖੱਟ ਰਹੇ ਨੇ। ਕਹਿੰਦੇ ਪੰਜਾਬ ਦੇ ਲੋਕਾਂ ਨੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਦਾ ਪੂਰਾ ਮਨ ਬਣਾ ਲਿਆ ਅਤੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੇ ਨਾਲ ਨਾਲ ਇਕੱਲਾ ਇਕੱਲਾ ਵਰਕਰ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੇ ਖਿਲਾਫ ਹੈ ਅਤੇ ਕਾਂਗਰਸ ਆਪਣੇ ਦਮ 'ਤੇ ਚੋਣਾਂ ਲੜੂਗੀ, ਸ਼ਾਨਦਾਰ ਜਿੱਤ ਹਾਸਲ ਕਰੂਗੀ। ਯਾਨੀ ਕਿ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਇੱਕ ਵਾਰੀ ਫਿਰ ਹਾਈਕਮਾਨ ਨੂੰ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਨੂੰ ਲੈ ਕੇ ਦੋ ਟੁੱਕ ਸੁਨੇਹਾ ਭੇਜ ਦਿੱਤਾ ਗਿਆ। ਉਧਰ ਪਟਿਆਲਾ ਤੋਂ ਸ਼ਾਹੀ ਪਰਿਵਾਰ ਦੀ ਨੂੰਹ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸ ਤੋਂ ਮੈਂਬਰ ਪਾਰਲੀਮੈਂਟ ਜਿੱਤੀ ਹੋਈ ਪਰਨੀਤ ਕੌਰ ਵੱਲੋਂ ਬੀਜੇਪੀ ਦੀਆਂ ਸਟੇਜਾਂ ਤੋਂ ਬੋਲਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ। ਹਾਲਾਂਕਿ ਪਰਨੀਤ ਕੌਰ ਆਪਣੇ ਆਪ ਨੂੰ ਕਾਂਗਰਸ ਦੀ ਵਫ਼ਾਦਾਰ ਹੋਣ ਬਾਰੇ ਲਗਾਤਾਰ ਕਹਿ ਰਹੇ ਨੇ, ਪਰ ਪਟਿਆਲਾ ਦੀ ਕਾਂਗਰਸੀ ਲੀਡਰਸ਼ਿਪ ਅਤੇ ਉਸਦੇ ਖਿਲਾਫ਼ ਚੋਣ ਲੜਨ ਵਾਲੇ ਡਾਕਟਰ ਧਰਮਵੀਰ ਗਾਂਧੀ ਨੇ ਵੀ ਪਰਨੀਤ ਕੌਰ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਲਈ ਧੋਖੇਬਾਜ਼ ਦੱਸਦਿਆਂ ਕਿਹਾ ਕਿ ਪਰਨੀਤ ਕੌਰ ਇਸ ਵੇਲੇ ਨਾ ਤਾਂ ਕਾਂਗਰਸ ਦੇ ਪੱਖ ਵਿੱਚ ਖੜ੍ਹੀ ਨਜ਼ਰ ਆ ਰਹੀ ਹੈ, ਨਾ ਹੀ ਉਹ ਪਟਿਆਲਾ ਹਲਕੇ ਦੇ ਲੋਕਾਂ ਵਿੱਚ ਖੜ੍ਹੀ ਨਜ਼ਰ ਆ ਰਹੀ ਹੈ। ਜੇਕਰ ਉਹ ਭਾਜਪਾ ਨਾਲ ਵੀ ਖੜ੍ਹੀ ਹੈ ਤਾਂ ਉਹਨਾਂ ਨੂੰ ਸ਼ਰੇਆਮ ਕਾਂਗਰਸ ਛੱਡ ਕੇ ਬੀਜੇਪੀ 'ਚ ਚੱਲਣਾ ਚਾਹੀਦਾ ਅਤੇ ਬੀਜੇਪੀ ਸਰਕਾਰ ਤੋਂ ਪਟਿਆਲਾ ਲਈ ਕੋਈ ਵੱਡਾ ਪੈਕੇਜ ਲਿਆਉਣਾ ਚਾਹੀਦਾ ਹੈ। ਹੁਣ ਕਹਿੰਦੇ ਸਪਸ਼ਟ ਹੋ ਗਿਆ ਕਿ ਉਹ ਆਪਣੀ ਧੀ ਜੈਇੰਦਰ ਕੌਰ ਨੂੰ ਬੀਜੇਪੀ ਵਿੱਚ ਸੈੱਟ ਕਰਾਉਣ ਲਈ ਪਟਿਆਲਾ ਵਾਸੀਆਂ ਨਾਲ ਧੋਖਾ ਕਰ ਰਹੀ ਹੈ, ਇਸ ਕਰਕੇ ਕਾਂਗਰਸ 'ਚੋਂ ਕੱਢਿਆ ਜਾਵੇ। ਕੱਲ੍ਹ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਥ ਕਾਂਗਰਸ ਨੇ ਪੰਜਾਬ ਸੂਬੇ ਦੇ ਵਿੱਚ ਲਗਾਤਾਰ ਜੋ ਅਪਰਾਧ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨਾਲ ਨਜਿੱਠਣ ਵਿੱਚ ਨਾਕਾਮ ਰਹਿਣ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸੈਕਟਰ 15 ਸਥਿਤ ਪੰਜਾਬ ਕਾਂਗਰਸ ਦੇ ਦਫ਼ਤਰ 'ਚ ਪਹਿਲਾਂ ਇਕੱਠੇ ਹੋਏ ਅਤੇ ਜਦੋਂ ਸੀਐਮ ਮਾਨ ਦੀ ਰਿਹਾਇਸ਼ ਨੂੰ ਘੇਰਨ ਦੇ ਲਈ ਉਹ ਸੜਕਾਂ 'ਤੇ ਨਿਕਲੇ ਤਾਂ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ। ਇਸ ਦੌਰਾਨ ਪੁਲਿਸ ਦੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਲਕੀ ਖਿੱਚਤੂ ਹੋਈ। ਪੁਲਿਸ ਨੇ ਯੂਥ ਕਾਂਗਰਸੀਆਂ ਅਤੇ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ ਦਰਜਨਾਂ ਅੱਗੋਂ ਹਿਰਾਸਤ ਵਿੱਚ ਲਏ ਗਏ। ਪ੍ਰਦਰਸ਼ਨਕਾਰੀਆਂ ਨੇ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਲਈ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ। ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਕਰਮ ਸਿੰਘ ਮਜੀਠੀਆ ਦੇ ਵੀ ਪਿੱਛੇ ਪੈ ਗਈ ਹੈ। ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ADGP ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਸਿੱਟ ਨੇ ਪਿਛਲੇ ਦਿਨੀ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਭੇਜੇ ਸਨ ਅਤੇ ਪਟਿਆਲਾ ਸਥਿਤ IG ਦਫ਼ਤਰ 'ਚ ਤੜਕੇ 11 ਵਜੇ ਸੱਦਿਆ ਸੀ ਅਤੇ ਅੱਜ ਉਹੀ 18 ਦਸੰਬਰ ਹੈ। ਤੜਕੇ 11 ਵਜੇ ਬਿਕਰਮ ਸਿੰਘ ਮਜੀਠੀਆ IG ਦਫ਼ਤਰ ਪਟਿਆਲਾ 'ਚ ਪੇਸ਼ੀ ਭੁਗਤਣਗੇ। ਇਸ ਦੀ ਪੁਸ਼ਟੀ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੀਤੀ ਹੈ। ਹਾਲਾਂਕਿ ਰਾਜੂ ਖੰਨਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੀਆਂ ਆਪਹੁਦਰੀਆਂ ਦੇ ਖਿਲਾਫ਼ ਨਿਧੜਕ ਹੋ ਕੇ ਆਵਾਜ਼ ਬੁਲੰਦ ਕਰ ਰਹੇ ਮਜੀਠੀਆ ਨੂੰ ਡਰਾਉਣ ਅਤੇ ਧਮਕਾਉਣ ਲਈ ਹੀ ਸਰਕਾਰ ਨੇ ਇਹ ਅਡੰਬਰ ਰਚਿਆ ਹੈ। ਡਰੱਗ ਤਸਕਰੀ ਦੇ ਦੋਸ਼ਾਂ ਤਹਿਤ ਮਜੀਠੀਆ ਖਿਲਾਫ਼ ਇਹ ਕੇਸ ਚੰਨੀ ਸਰਕਾਰ ਨੇ ਆਪਣੇ ਅੰਤਲੇ ਦਿਨਾਂ ਦੇ ਵਿੱਚ 20 ਦਸੰਬਰ 2021 ਨੂੰ ਦਰਜ ਕੀਤਾ ਸੀ। ਉਸ ਵੇਲੇ ਵੀ AIG ਬਲਰਾਜ ਸਿੰਘ ਵਾਲੀ ਸਿੱਟ ਨੇ ਮਜੀਠੀਆ ਦੇ ਖਿਲਾਫ਼ ਜਾਂਚ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਟ ਨੂੰ ਬਦਲ ਦਿੱਤਾ ਸੀ, ਯਾਨੀ ਕਿ ਨਵੀਂ ਸਿੱਟ ਬਣਾ ਦਿੱਤੀ ਸੀ। ਸਿੱਟ ਨੇ ਇਸ ਕੇਸ ਦੀ ਜਾਂਚ ਦਰਮਿਆਨ ਪਰਸੋਂ ਤੇ ਚੌਥੇ ਲਗਾਤਾਰ 2 ਦਿਨ ਅਮਰਪਾਲ ਸਿੰਘ ਬੋਨੀ ਅਜਨਾਲਾ ਸਮੇਤ ਹੋਰ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਨੇ। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕੱਲ੍ਹ ਆਪਣੇ ਪਿੰਡ ਮੂਸਾ ਵਿੱਚ ਪਹੁੰਚੇ ਆਪਣੇ ਪੁੱਤ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਮਾਨ ਸਰਕਾਰ ਨੂੰ ਸੁਨੇਹਾ ਭੇਜਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਹੋਰ ਗਰੰਟੀਆਂ ਦੇਣ ਦੀ ਬਜਾਏ ਪਹਿਲਾਂ ਲੋਕਾਂ ਨੂੰ ਸਾਹਾਂ ਦੀ ਗਰੰਟੀ ਦੇਵੇ। ਇਹ ਗੱਲ ਖਾਸ ਤੌਰ 'ਤੇ ਬਲਕੌਰ
ਕੌਰ ਸਿੰਘ ਨੇ ਕੱਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜੀ ਮੌੜ ਦੇ ਵਿੱਚ ਰੈਲੀ ਕੀਤੀ ਜਾ ਰਹੀ ਸੀ ਉਸ ਨੂੰ ਮੁਖਾਤਿਬ ਹੁੰਦਿਆਂ ਕਹੀ। ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਰੋਜ਼ਾਨਾ ਗੈਂਗਸਟਰਵਾਦ ਜਿਹੜਾ ਵੱਧ ਰਿਹਾ ਉਹਦੇ ਕਰਕੇ ਰੋਜ਼ਾਨਾ ਹੀ ਆਮ ਲੋਕਾਂ ਨੂੰ ਖਤਮ ਕੀਤਾ ਜਾ ਰਿਹਾ, ਫਿਰੌਤੀਆਂ ਅਤੇ ਲੁੱਟਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਪਰ ਸਰਕਾਰ ਇਸ ਪਾਸੇ ਵੱਲ ਤਾਂ ਅੱਖਾਂ ਮੀਚ ਕੇ ਬੈਠੀ ਹੈ। ਕਹਿੰਦੇ ਮੇਰੇ ਪੁੱਤ ਨੂੰ ਵੀ ਬਿਨਾਂ ਮਤਲਬ ਖਤਮ ਕੀਤਾ ਗਿਆ, 1.5 ਸਾਲ ਤੋਂ ਅਸੀਂ ਦਰ ਦਰ ਨਿਆਂ ਲੈਣ ਲਈ ਭਟਕ ਰਹੇ ਹਾਂ। ਅਤੇ ਦੁਖੀ ਪਿਤਾ ਨੇ ਲਾਰੈਂਸ ਬਿਸ਼ਨੋਈ ਸਮੇਤ ਹੋਰ ਗੈਂਗਸਟਰਾਂ ਦਾ ਕੇਸ ਲੜਨ ਵਾਲੇ ਵਕੀਲਾਂ ਨੂੰ ਲਾਣਤ ਪਾਉਂਦਿਆਂ ਸਵਾਲ ਕੀਤਾ ਕਿ ਜੇ ਉਹ ਅਜਿਹੇ ਬੰਦੇ ਖਾਣ ਵਾਲੇ ਗੈਂਗਸਟਰਾਂ ਦੇ ਕੇਸ ਨਹੀਂ ਲੜਦੇ ਤਾਂ ਕੀ ਤੁਸੀਂ ਭੁੱਖੇ ਮਰ ਜਾਂਦੇ। ਉਹਨਾਂ ਫਿਰ ਦੁਹਰਾਇਆ ਕਿ ਲੋਕਾਂ ਦੇ ਸਾਥ ਸਦਕਾ ਆਪਣੇ ਪੁੱਤ ਦੇ ਇਨਸਾਫ ਦੀ ਲੜਾਈ ਉਹ ਜਾਰੀ ਰੱਖਣਗੇ। ਬੇਸ਼ੱਕ ਵਕੀਲ ਭਰਾਵਾਂ ਦਾ ਪੇਸ਼ਾ ਹੈ, ਰੁਜ਼ਗਾਰ ਹੈ, ਮੈਂ ਮੰਨਦਾ ਇਸ ਗੱਲ ਨੂੰ, ਪਰ ਰੁਜ਼ਗਾਰ ਦਾ ਮਤਲਬ ਵੀਰੋ ਇਹ ਵੀ ਨਹੀਂ ਹੁੰਦਾ, ਹਰੇਕ ਬੰਦੇ ਦੀ ਆਤਮਾ ਸਵਾਲ ਪੁੱਛਦੀ ਹੈ ਉਹਨੂੰ। ਤੁਸੀਂ ਸਿਰ 'ਤੇ ਪੱਗ ਬੰਨਦੇ ਹੋ, ਸਾਡਾ ਇਸ਼ਟ ਇੱਕ ਹੈ, ਉਹ ਤੁਹਾਡੇ ਇਲਾਕੇ ਦਾ ਜਵਾਕ ਹੈ, ਕੱਲ੍ਹ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਵਿਸ਼ਵ 'ਤੇ ਡੰਕਾ ਵਜਾ ਕੇ ਦੁਨੀਆਂ ਤੋਂ ਗਿਆ, ਭਾਈ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਭਈਆਂ ਨੇ ਆ ਕੇ ਕਤਲ ਕਰਤਾ, ਉਹ ਤੁਸੀਂ ਅੱਜ ਉਹਦੀਆਂ ਵਕਾਲਤਾਂ ਕਰਦੇ ਕਰਦੇ ਖੜੇ ਹੁੰਦੇ ਹੋ। ਮੈਨੂੰ ਆਪਦੇ ਪੰਥ ਅਤੇ ਆਪਦੇ ਭਾਈਚਾਰੇ 'ਤੇ ਵੀ ਯਾਰ ਕਈ ਵਾਰੀ ਅਫਸੋਸ ਜ਼ਾਹਰ ਹੁੰਦਾ ਇਸ ਗੱਲ ਦਾ, ਉਹ ਤੁਸੀਂ ਤਾਂ ਮੈਨੂੰ ਇਕੱਲਾ ਨਾ ਛੱਡੋ ਯਾਰ, ਕੀ ਫਰਕ ਪੈ ਜੂਗਾ ਤੁਹਾਨੂੰ ਜੇ ਇੱਕ ਕਲਾਇੰਟ ਦੀ ਫੀਸ ਨਾ ਦਿਊਂਗਾ ਤਾਂ ਕਿੰਨੀਆਂ ਕੁ ਫੀਸਾਂ ਲੈ ਲਉਂਗੇ, ਪੈਸੇ ਤੁਹਾਨੂੰ ਇਹ ਬੜੇ ਦੇ ਦੇਣਗੇ, ਪਰ ਉਹਦੇ ਵਿੱਚ ਕਲਕਾਰੀਆਂ ਹੋਣਗੀਆਂ, ਉਹਦੇ 'ਚ ਮੇਰੀਆਂ ਸਹਾਗਣਾਂ ਦੇ ਸੰਧੂਰ ਹੋਣਗੇ ਜਿਹੜਾ ਤੁਹਾਨੂੰ ਇਹ ਪੈਸਾ ਦੇਣਗੇ। ਸੋ ਗੌਰਮੈਂਟ ਬਿਲਕੁਲ ਇਸ ਮਾਮਲੇ 'ਚ ਹੱਥ ਖੜੇ ਕਰੀ ਖੜੀ ਹੈ। ਦੋ ਗੱਲਾਂ ਨੇ, ਜਾਂ ਤਾਂ ਇਹ ਇੰਨੇ ਕਮਜ਼ੋਰ ਨੇ ਵੀ ਇਹਨਾਂ 'ਚ ਕੋਈ ਫੈਸਲਾ ਲੈਣ ਦੀ ਪਾਵਰ ਹੀ ਹੈ ਨਹੀਂ, ਜਾਂ ਇਹ ਇੰਨੇ ਬੇਈਮਾਨ ਨੇ ਵੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ। ਦੋ ਗੱਲਾਂ ਤਾਂ ਹੈਗੀਆਂ ਨੇ ਇਹ, ਨਹੀਂ ਸਰਕਾਰ ਆਪਣਾ ਰਾਜਧਰਮ ਨਿਭਾਵੇ ਤਾਂ ਕੋਈ ਕੌਣ ਰੋਕ ਸਕਦਾ। ਅਸੀਂ ਇੰਨਾ ਵੱਡਾ ਬਦਲਾਅ ਲੈ ਕੇ ਆਏ, ਸਾਨੂੰ ਨਹੀਂ ਪਤਾ ਸੀ ਇਹ ਬਦਲਾਅ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਤਬਾਹ ਕਰ ਦੂੰਗਾ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਲਗਾਤਾਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣ ਦੇ ਮਾਮਲੇ 'ਚ ਫੇਲ ਹੋਣ ਦੇ ਇਲਜ਼ਾਮ ਲਾਏ ਜਾ ਰਹੇ ਨੇ, ਪਰ ਦੂਸਰੇ ਪਾਸੇ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਹ ਇਕੱਲੇ ਇਕੱਲੇ ਗੈਂਗਸਟਰ ਨੂੰ ਹੁਣ ਸਬਕ ਸਿਖਾਉਣਗੇ। ਪਿਛਲੇ 10 ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਕਈ ਗੈਂਗਸਟਰ ਹਲਾਕ ਕਰ ਦਿੱਤੇ ਨੇ, ਕਈਆਂ ਨੂੰ ਜ਼ਖਮੀ ਕਰ ਦਿੱਤਾ। ਕੱਲ੍ਹ ਮੋਗਾ ਪੁਲਿਸ ਨੇ ਕਾਰਵਾਈ ਕੀਤੀ ਹੈ। ਬੱਦਨੀ ਮੱਲਿਆਣਾ ਰੋਡ 'ਤੇ 3 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ, ਜਿਨ੍ਹਾਂ ਤੋਂ 32 ਬੋਰ ਅਤੇ 130 ਬੋਰ ਦੇ ਪਿਸਤੌਲ ਬਰਾਮਦ ਹੋਏ ਨੇ। ਕੱਲ੍ਹ ਵੀ ਦੋਵਾਂ ਧਿਰਾਂ ਦੇ ਵਿਚਾਲੇ ਮੁਕਾਬਲਾ ਹੋਇਆ, ਗੋਲੀਆਂ ਚੱਲੀਆਂ। ਹਾਲਾਂਕਿ ਗੋਲੀ ਕਿਸੇ ਨੂੰ ਵੱਜੀ ਤਾਂ ਨਹੀਂ, ਪਰ ਸੱਟਾਂ ਲੱਗਣ ਨਾਲ ਇੱਕ ਮੁਲਜ਼ਮ ਅਤੇ ਹੋਮਗਾਰਡ ਵਲੰਟੀਅਰ ਜ਼ਖਮੀ ਹੋ ਗਏ। ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ, DSP ਹਰਿੰਦਰ ਸਿੰਘ ਰੋਡ ਤੇ DSP ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ੰਕਰ ਰਾਜਪੂਤ ਤੇ ਜਸ਼ਵ, ਦੋਵੇਂ ਇਹ ਮੱਟਾਂ ਵਾਲਾ ਵਿਹੜਾ ਮੋਗਾ ਦੇ ਰਹਿਣ ਵਾਲੇ ਨੇ ਤੇ ਇੱਕ ਨਵਦੀਪ ਪਿੰਡ ਫਿਰੋਜ਼ਵਾਲ ਵਾਡਾ ਦਾ ਰਹਿਣ ਵਾਲਾ ਹੈ। ਤਿੰਨਾਂ ਖਿਲਾਫ ਬੱਦਰੀ ਕਲਾਂ ਦੇ ਵਿੱਚ IPC ਦੇ ਧਾਰਾਵਾਂ ਤਹਿਤ ਵੱਖ ਵੱਖ ਕੇਸ ਦਰਜ ਕਰ ਲਏ ਗਏ ਨੇ। ਪੁਲਿਸ ਨੇ ਬੱਦਨੀ ਮੱਲਿਆਣਾ ਰੋਡ 'ਤੇ ਜਦੋਂ ਨਾਕਾ ਲਾਇਆ ਹੋਇਆ ਸੀ, ਇੱਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਮੋਟਰਸਾਈਕਲ ਉੱਥੇ ਸੁੱਟ ਕੇ ਖੇਤਾਂ ਵੱਲ ਭੱਜਣ ਲੱਗੇ ਅਤੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਫਿਰ ਜਵਾਬੀ ਗੋਲੀਬਾਰੀ ਕੀਤੀ। ਇਹ ਸਾਰਾ ਕੁਛ ਪੁਲਿਸ ਨੇ ਖੁਦ ਦੱਸਿਆ ਹੈ। ਇਸ ਤੋਂ ਬਾਅਦ ਕਹਿੰਦੇ ਤਿੰਨਾਂ ਨੇ ਸਰੈਂਡਰ ਕਰ ਦਿੱਤਾ। ਸ਼ੰਕਰ ਰਾਜਪੂਤ ਦੇ ਖਿਲਾਫ 2022 ਵਿੱਚ ਜਬਰ ਜਨਾਹ ਦਾ ਪਰਚਾ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਜੇਲ੍ਹ 'ਚ ਰਹਿਣ ਦੌਰਾਨ ਉਹਦੇ ਗੈਂਗਸਟਰਾਂ ਦੇ ਨਾਲ ਤਾਰ ਜੁੜ ਗਏ, ਜ਼ਮਾਨਤ 'ਤੇ ਬਾਹਰ ਆਇਆ ਅਤੇ ਫਿਰ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋ ਗਿਆ। ਪਰਸੋਂ ਰਾਤ ਨੂੰ ਪਟਿਆਲਾ ਦੇ ਵਿੱਚ ਮੁਕਾਬਲੇ ਦੌਰਾਨ ਕਾਬੂ ਕੀਤੇ ਗਏ ਗੈਂਗਸਟਰ ਮਲਕੀਤ ਸਿੰਘ ਉਰਫ ਚਿੱਟਾ ਦੇ ਖਿਲਾਫ ਪੁਲਿਸ ਨੇ ਪਸਿਆਣਾ ਥਾਣੇ ਦੇ ਵਿੱਚ ਇਰਾਦਾ ਕਤਲ ਤੇ ਆਰਮਸ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਕਿਉਂਕਿ ਮੁਕਾਬਲੇ ਦੇ ਵਿੱਚ ਲੱਤ 'ਚ ਗੋਲੀ ਲੱਗਣ ਕਰਕੇ ਜ਼ਖਮੀ ਹੋ ਗਿਆ ਸੀ। ਇਹਦਾ ਹਸਪਤਾਲ 'ਚ ਇਲਾਜ ਚੱਲ ਰਿਹਾ, ਇਸ ਕਰਕੇ ਹਾਲੇ ਤੱਕ ਇਹਦਾ ਰਿਮਾਂਡ ਨਹੀਂ ਲਿਆ ਜਾ ਸਕਿਆ। ਉੱਧਰ ਪਟਿਆਲਾ ਪੁਲਿਸ ਨੇ ਏ ਕੈਟੇਗਰੀ ਦੇ ਗੈਂਗਸਟਰ ਸੰਪਤ ਨਹਿਰਾ ਨੂੰ ਰਿਮਾਂਡ 'ਤੇ ਲੈ ਲਿਆ। ਇਸ ਨੂੰ CIA ਪਟਿਆਲਾ ਵੱਲੋਂ ਕੁਝ ਸਮਾਂ ਪਹਿਲਾਂ ਬਰਾਮਦ ਕੀਤੇ ਗਏ 10 ਆਧੁਨਿਕ ਪਿਸਤੌਲਾਂ ਸੰਬੰਧੀ ਪੁੱਛ ਪੜਤਾਲ ਲਈ ਬਠਿੰਡਾ ਜੇਲ੍ਹ 'ਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਇਹਦਾ 4 ਦਿਨਾਂ ਦਾ ਪੁਲਿਸ ਨੂੰ ਰਿਮਾਂਡ ਮਿਲਿਆ। ਸੰਪਤ ਨਹਿਰਾ ਦਾ ਕੱਲ੍ਹ ਭਾਵੇਂ ਕਿਸੇ ਹੋਰ ਕੇਸ ਦੇ ਵਿੱਚ ਰਿਮਾਂਡ ਲਿਆ ਗਿਆ, ਪਰ ਇਹ ਰਾਜਸਥਾਨ ਦੇ ਵਿੱਚ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੁੱਗਾ ਮੇੜੀ ਕਾਂਡ ਦਾ ਮਾਸਟਰ ਮਾਇੰਡ ਵੀ ਮੰਨਿਆ ਗਿਆ ਹੈ। ਕੱਲ੍ਹ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਸਰਗਰਮੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੋਣ ਵਾਲੀਆਂ 2 ਰੈਲੀਆਂ ਰਹੀਆਂ। ਇੱਕ ਰੈਲੀ ਸੱਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚੇ। ਦੂਸਰੀ ਰੈਲੀ ਬਠਿੰਡਾ ਦੇ ਪਿੰਡ ਮਹਿਰਾਜ ਦੇ ਵਿੱਚ ਹੋਈ, ਜਿਹੜੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੱਦੀ। ਦੋਵੇਂ ਰੈਲੀਆਂ ਦੇ ਵਿੱਚ ਇਕੱਠ ਤਾਂ ਪੂਰਾ ਸੀ। ਸਭ ਤੋਂ ਪਹਿਲਾਂ ਸੱਤਾਧਿਰ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਕੀ ਕੁਛ ਹੋਇਆ, ਕੀ ਕੁਛ ਐਲਾਨ ਵਾਅਦੇ ਦਾਅਵੇ ਤੁਹਾਡੇ ਨਾਲ ਕੀਤੇ ਗਏ ਉਹ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਇੱਥੇ 1125 ਕਰੋੜ ਦੇ ਵਿਕਾਸ ਕਾਰਜਾਂ ਦਾ ਦੋਵੇਂ ਮੁੱਖ ਮੰਤਰੀਆਂ ਨੇ ਐਲਾਨ ਕੀਤਾ ਅਤੇ ਪੰਜਾਬ ਦੇ ਵਿੱਚ ਮਾਨ ਸਰਕਾਰ ਦੇ ਕੰਮਾਂ ਦੀ ਖੂਬ ਪ੍ਰਸ਼ੰਸਾ ਹੋਈ। ਮਾਨ ਸਾਹਿਬ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰੇ ਬਿਨਾਂ ਤਾਂ ਕਦੇ ਵੀ ਨਹੀਂ ਰਹਿੰਦੇ ਹੁੰਦੇ, ਸੋ ਉਹ ਵੀ ਹੋਈ। ਅਤੇ ਇਸ ਮੌਕੇ ਦੋਵੇਂ ਮੁੱਖ ਮੰਤਰੀਆਂ ਦੇ ਨਿਸ਼ਾਨੇ 'ਤੇ ਰਹੀ ਸੈਂਟਰ ਸਰਕਾਰ। ਤਕਲੀਫ ਸੀ ਪੰਜਾਬ ਦੇ ਵਿੱਚ, ਹਾਲੇ ਕੁਛ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ੁਰੂ ਕੀਤੀ ਗਈ ਜਿਹੜੀ ਮੁਫਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਹੈ, ਉਸ ਨੂੰ ਜਿਹੜੀਆਂ ਬ੍ਰੇਕਾਂ ਲੱਗ ਗਈਆਂ ਨੇ ਕਿਉਂਕਿ ਸੈਂਟਰ ਸਰਕਾਰ ਰੇਲ ਗੱਡੀਆਂ ਨਹੀਂ ਦੇ ਰਹੀ, ਉਸ ਦੀ ਤਕਲੀਫ ਸਭ ਤੋਂ ਜ਼ਿਆਦਾ ਨਜ਼ਰ ਆਈ। ਵਿਕਾਸ ਕ੍ਰਾਂਤੀ ਰੈਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ BJP ਵਾਲੇ ਜਿੱਥੇ ਜਾਂਦੇ ਨੇ ਕਹਿੰਦੇ ਨੇ ਡਬਲ ਇੰਜਣ ਦੀ ਸਰਕਾਰ ਹੈ, ਰੇਲਵੇ ਕੋਲ ਤਾਂ ਕਹਿੰਦੇ ਇੰਜਣ ਨਹੀਂ ਹੈਗੇ, ਪਹਿਲਾਂ ਉੱਧਰ ਤਾਂ ਇੰਜਣ ਪੂਰੇ ਕਰ ਦਿਓ। ਕਹਿੰਦੇ BJP ਵਾਲਿਆਂ ਨੂੰ ਇਹੀ ਦੁੱਖ ਹੈ ਕਿ ਪੰਜਾਬ 'ਚ ਪਾੜ ਕਿਉਂ ਨਹੀਂ ਪੈ ਰਿਹਾ, ਪਰ ਇਹ ਸੁਪਨਾ BJP ਦਾ ਕਦੇ ਪੂਰਾ ਨਹੀਂ ਹੋਣਾ। ਭਗਵੰਤ ਮਾਨ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਆਂ ਵਾਲਾ ਸਲੂਕ ਕਰ ਰਹੀ ਹੈ, ਪਹਿਲਾਂ ਸਿਹਤ ਦੇ ਫੰਡ ਰੋਕੇ, ਪਿੰਡਾਂ ਦੇ ਵਿਕਾਸ ਫੰਡ ਰੋਕ ਦਿੱਤੇ, ਹੁਣ ਤੀਰਥ ਯਾਤਰਾ ਲਈ ਟ੍ਰੇਨਾਂ ਵੀ ਬੰਦ ਕਰਤੀਆਂ, ਜੇ ਕਹਿੰਦੇ ਇਹਨਾਂ ਦਾ ਵੱਸ ਚੱਲੇ ਤਾਂ ਇਹ ਸਾਡੇ ਰਾਸ਼ਟਰੀ ਗੀਤ 'ਚੋਂ ਵੀ ਪੰਜਾਬ ਦਾ ਨਾਮ ਬਾਹਰ ਕੱਢ ਦੇਣ। ਰੋਜ਼ ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ, ਡਬਲ ਇੰਜਨ ਕੀ ਸਰਕਾਰ। ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਣ ਹੀ ਹੈ ਨਹੀਂ, ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ। ਪਹਿਲਾਂ ਰੇਲਵੇ ਨੂੰ ਇੰਜਣ ਦੇ ਦਿਓ, ਰਾਜਸਥਾਨ ਮੱਧ ਪ੍ਰਦੇਸ਼ ਨੂੰ ਇੰਜਣ ਬਾਅਦ 'ਚ ਦੇ ਦਿਓ ਡਬਲ। ਖੁਸ਼ਖਬਰੀ 2 ਦਿਨ ਦੇ ਦਿਓ ਬਸ, ਇੱਦੋਂ ਵੱਡੀ ਖੁਸ਼ਖਬਰੀ ਦਿਓ। ਐਂ ਕਿਵੇਂ ਰੋਕ ਦੇਣਗੇ ਸਾਨੂੰ ਇਹ ਹਜ਼ੂਰ ਸਾਹਿਬ ਜਾਣ ਤੋਂ, ਜਾਂ ਪਟਨਾ ਸਾਹਿਬ, ਜਾਂ ਵਾਰਾਨਸੀ, ਜਾਂ ਬ੍ਰਿੰਦਾਵਨ, ਅਯੋਧਿਆ, ਕਿਉਂ ਨਹੀਂ ਜਾਵਾਂਗੇ ਅਸੀਂ? ਸਾਨੂੰ ਤੋੜਨਗੇ ਇਹ ਧਰਮ ਦੇ ਨਾਂ 'ਤੇ? ਕਦੇ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਬਸ ਆਹੀ ਦੁੱਖ ਹੈ ਕਿ ਪੰਜਾਬ 'ਚ ਪਾੜ ਕਿਉਂ ਨਹੀਂ ਪੈ ਰਿਹਾ, ਪੰਜਾਬ 'ਚ ਦੰਗੇ ਕਿਉਂ ਨਹੀਂ ਹੋ ਰਹੇ? ਬੜੀ ਕੋਸ਼ਿਸ਼ ਕਰ ਲਈ, ਲੜਦੇ ਹੀ ਨਹੀਂ ਹੈਗੇ ਆਪਸ 'ਚ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਇਸ ਮੁੱਦੇ ਤੇ ਰੱਜ ਕੇ ਭੜਾਸ ਕੀਤੀ ਤੇ ਨਾਲ ਹੀ ਦਾਅਵਾ ਵੀ ਕੀਤਾ ਕਿ 2 ਦਿਨ ਤੁਸੀਂ ਉਡੀਕ ਲਓ, ਤੁਹਾਡੇ ਮੁੱਖ ਮੰਤਰੀ ਭਗਵੰਤ ਮਾਨ ਤੁਹਾਨੂੰ ਨਾਂਦੇੜ ਸਾਹਿਬ ਜ਼ਰੂਰ ਲੈ ਕੇ ਜਾਣਗੇ। ਹੱਦ ਤੋਂ ਤਬ ਹੋ ਗਈ ਜਬ ਇਹਨਾਂ ਨੇ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਔਰ ਪਟਨਾ ਸਾਹਿਬ, ਸ਼੍ਰੀ ਪਟਨਾ ਸਾਹਿਬ ਜਾਣੇ ਵਾਲੀ ਟ੍ਰੇਨ ਕਾ ਵੀ ਇੰਜਨ ਰੋਕ ਦਿਆ। ਉਹਨਾਂ ਨੇ ਟ੍ਰੇਨ ਦੇਣੀ ਬੰਦ ਕਰ ਦੀ। ਪਰਸੋਂ ਚਿੱਠੀ ਆਈ ਹੈ ਕੇਂਦਰ ਸਰਕਾਰ ਕੀ ਕਿ ਹਮ ਆਪਕੋ ਮੱਥਾ ਟੇਕਨੇ ਕੇ ਲੀਏ ਟ੍ਰੇਨ ਨਹੀਂ ਦੇਂਗੇ, ਮੱਥਾ ਟੇਕਨੇ ਜਾਣੇ ਕੇ ਲੀਏ ਟ੍ਰੇਨ ਨਹੀਂ ਦੇਂਗੇ। ਕੱਲ ਰਾਤ ਕੋ ਮਾਨ ਸਾਹਿਬ ਮੇਰੇ ਸੇ ਜ਼ਿਕਰ ਕਰ ਰਹੇ ਥੇ, ਬਹੁਤ ਦੁਖੀ ਥੇ ਕਿ ਹਮਾਰੇ ਲੋਗੋ ਕੋ, ਪੰਜਾਬ ਕੇ ਲੋਗੋ ਕੋ ਕਿਸ ਤਰ੍ਹਾਂ ਸੇ ਕੇਂਦਰ ਸਰਕਾਰ ਦੁਖੀ ਕਰ ਰਹੀ ਹੈ। ਬਤਾਈਏ ਕੋਈ ਕਿਸੀ, ਅਗਰ ਆਪ ਕਿਸੀ ਕੋ ਮੱਥਾ ਟੇਕਨੇ ਮੇ ਸਹਿਯੋਗ ਕਰਤੇ ਹੋ ਤੋ ਥੋੜਾ ਪੁੰਨੇ ਆਪਕੋ ਵੀ ਲਗਤਾ ਹੈ।
ਸੈਂਟਰ ਸਰਕਾਰ ਨੂੰ ਘੇਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿਰੋਧੀ ਲੀਡਰਾਂ ਨੂੰ ਘੇਰਨਾ ਕਿਵੇਂ ਭੁੱਲ ਜਾਂਦੇ। ਭਾਵੇਂ ਪਿਛਲੇ ਦਿਨੀ ਬਿਕਰਮ ਸਿੰਘ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਦੂਸਰੇ ਤੇ ਨਿੱਜੀ ਹਮਲਿਆਂ ਦੇ ਸਿਖਰ ਤੇ ਪਹੁੰਚ ਗਏ ਸਨ। ਉਸ ਤੋਂ ਬਾਅਦ ਪਿਛਲੀ ਰੈਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਵੀ ਨਾਮ ਲੈ ਕੇ ਨਿਸ਼ਾਨਾ ਨਹੀਂ ਲਾਇਆ ਸੀ, ਪਰ ਐਤਕੀ ਕਿਉਂਕਿ ਬਠਿੰਡੇ ਦੇ ਵਿੱਚ ਸਨ, ਬਠਿੰਡਾ ਹਲਕਾ ਹਰਸਿਮਰਤ ਕੌਰ ਬਾਦਲ ਦਾ ਹਲਕਾ ਤੇ ਇੱਥੇ ਹੁਣ ਆਮ ਆਦਮੀ ਪਾਰਟੀ ਸਨ ਲਾਉਣ ਨੂੰ ਤਿਆਰ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਬਾਦਲਾਂ ਦਾ ਸਾਰਾ ਟੱਬਰ ਹਾਰ ਗਿਆ ਪਿਛਲੀਆਂ ਚੋਣਾਂ ਦੇ ਵਿੱਚ, ਇੱਕੋ ਇੱਕ ਬੀਬਾ ਜੀ ਰਹਿੰਦੇ ਨੇ ਜਿਹੜੇ ਜਿੱਤੇ ਹੋਏ ਨੇ। ਐਤਕੀ ਕਹਿੰਦੇ ਬਠਿੰਡੇ ਤੋਂ ਬੀਬਾ ਜੀ ਦੇ ਵੀ ਹਾਰ ਵਾਲਾ ਹਾਰ ਲੋਕਾਂ ਨੇ ਪਾ ਹੀ ਦੇਣਾ। ਸਾਨੂੰ ਕਹਿੰਦੇ ਮਲੰਕ ਹੈ ਕਿ ਆਪ ਵੱਡੇ ਖਾਨਦਾਨੀ ਬਣਦੇ ਨੇ, ਯਾਨੀ ਐਤਕੀ ਫਿਰ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਏ। ਇਹ ਵੀ ਕਿਹਾ ਕਿ ਪਿਛਲੇ 25 ਸਾਲਾਂ ਤੋਂ ਆਪਾਂ ਸਾਰਿਆਂ ਨੂੰ 4-5 ਬੰਦੇ ਡਰਾਉਂਦੇ ਰਹੇ ਨੇ, 2 ਬੰਦੇ ਇੱਕ ਪਰਿਵਾਰ ਦੇ ਤੇ 2 ਇੱਕ ਦੇ ਤੇ ਇੱਕ ਪਾਕਿਸਤਾਨੀ, ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਖਿਲਾਫ ਨਿਸ਼ਾਨੇ ਲਾਏ ਨੇ। ਕਹਿੰਦੇ ਮੇਰੇ ਖਿਲਾਫ ਵੀ ਬਹੁਤ ਸਾਜ਼ਿਸ਼ਾਂ ਕਰਦੇ ਨੇ, ਪਰ ਜਿੰਨਾ ਚਿਰ ਪੰਜਾਬ ਦੇ ਲੋਕ ਮੇਰੇ ਨਾਲ ਨੇ, ਮੇਰੇ ਮੱਥੇ ਤੇ ਕੋਈ ਤਿਉੜੀ ਵੀ ਨਹੀਂ ਪਾ ਸਕਦਾ। ਆ ਬਾਦਲ ਕਾ ਸਾਰਾ ਟੱਬਰ ਹਾਰ ਗਿਆ ਨਾ, ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ, ਬਸ ਐਤਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ। ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ, ਲੋਕਾਂ ਨੇ ਬਣਾਏ ਸੀਗੇ, ਪਾ ਲਿਆ ਆਪਣੇ ਆਪ ਜ਼ਿਮੀਦਾਰ ਬਣ ਕੇ, ਸਾਨੂੰ ਮਲੰਗ ਕਹਿਣ ਲੱਗ ਗਏ। ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ। ਲੱਖ ਕੋਸ਼ਿਸ਼ਾਂ ਕਰ ਲੈਣ, ਦੇਖੋ ਕਿੰਨਾ ਕੁਛ ਕਰੀ ਜਾਂਦੇ ਆ ਮੇਰੇ ਖਿਲਾਫ ਨਾ, ਕੋਈ ਇੱਧਰੋਂ ਕੋਈ ਉਧਰੋਂ, ਜਿੰਨੇ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਮੇਰੇ ਮੱਥੇ ਤੇ ਤਿਉੜੀ ਨਹੀਂ ਪਾ ਸਕਦਾ ਧਰਤੀ ਤੇ ਵੀ। ਆਪਾਂ 4-5 ਬੰਦਿਆਂ ਤੋਂ ਡਰ ਗਏ, 4-5 ਹੀ ਬੰਦੇ ਸੀਗੇ ਪਿਛਲੇ 25 ਸਾਲ ਤੋਂ, 2 ਇੱਕ ਪਰਿਵਾਰ ਦੇ, 2 ਇੱਕ ਪਰਿਵਾਰ ਦੇ, ਇੱਕ ਪਾਕਿਸਤਾਨ ਤੋਂ ਬਸ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੇ ਹਾਕਮਾਂ ਦੀ ਤੁਲਨਾ ਉਹਨਾਂ ਮੁਗਲ ਸ਼ਾਸਕਾਂ ਦੇ ਨਾਲ ਕੀਤੀ ਜਿਹੜੇ ਗੁਰੂ ਸਾਹਿਬਾਨਾਂ ਦੇ ਵੇਲੇ ਹੁੰਦੇ ਸਨ। ਕੱਲ੍ਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਦਾ ਧਰਮ ਬਚਾਉਣ ਲਈ ਗੁਰੂ ਸਾਹਿਬ ਨੇ ਖੁਦ ਕੁਰਬਾਨੀ ਦਿੱਤੀ। ਉਹਨਾਂ ਦੀ ਸ਼ਹੀਦੀ ਵਾਲੀ ਥਾਂ ਤੇ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਤੇ ਜਿਹੜਾ ਵੀ ਜ਼ਬਰਦਸਤੀ ਧਰਮ ਪਰਿਵਰਤਨ ਕਰਾਉਂਦਾ ਸੀ ਉਹਦੀ ਕਬਰ ਤੇ ਤਾਂ ਕੋਈ ਦੀਵਾ ਲਾਉਣ ਵਾਲਾ ਵੀ ਹੈ ਨਹੀਂ, ਤੇ ਉਹੀ ਹਾਲ ਕਹਿੰਦੇ ਇਹਨਾਂ ਦਾ ਹੋਣਾ। ਅੱਜ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ। ਉਹਨਾਂ ਕੋਲ ਕੌਣ ਆਏ ਸੀ? ਕਸ਼ਮੀਰੀ ਪੰਡਿਤ ਆਏ ਸੀ ਕਿ ਸਾਨੂੰ ਜੀ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਤਾਂ ਉਹਨਾਂ ਨੇ ਕੀ ਕਿਹਾ ਸੀ? ਕਿਸੇ ਵੱਡੀ ਸ਼ਖਸੀਅਤ ਦੀ ਕੁਰਬਾਨੀ ਚਾਹੀਦੀ ਹੈ। ਤਾਂ ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਜੀ 8 ਸਾਲ ਦੇ ਬਾਲਕ ਸੀਗੇ, ਉਹਨਾਂ ਨੇ ਕੀ ਕਿਹਾ ਸੀ? ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ? ਅਤੇ ਜਾ ਕੇ ਉੱਥੇ ਸ਼ੀਸ਼ਗੰਜ ਗੁਰਦੁਆਰਾ ਅੱਜ ਵੀ ਹੈਗਾ, ਉੱਥੇ ਲੋਕ ਸੀਸ ਝੁਕਾਉਂਦੇ ਆ ਉੱਥੇ, ਅਤੇ ਉਹ ਜਿਹੜਾ ਧਰਮ ਪਰਿਵਰਤਨ ਕਰਾਉਂਦਾ ਸੀ ਉਹਦੀ ਕਬਰ 'ਤੇ ਕੋਈ ਦੀਵਾ ਕਰਨ ਵਾਲਾ ਹੈ ਨਹੀਂ ਭਾਈ, ਆਹ ਹੁੰਦੀਆਂ ਕੁਰਬਾਨੀਆਂ। ਸੋ ਇਹ ਤਾਂ ਸੀ ਰੈਲੀ ਦੀ ਗੱਲ, ਇਸ ਰੈਲੀ ਕਰਕੇ ਮੌੜ ਹਲਕੇ ਦਾ ਕੀ ਹਾਲ ਰਿਹਾ ਉਹ ਵੀ ਦੱਸਣਾ ਜ਼ਰੂਰੀ ਹੈ। ਮੁੱਖ ਮੰਤਰੀ ਦੀ ਰੈਲੀ ਦੌਰਾਨ ਹਲਕਾ ਮੌੜ ਦੀਆਂ ਸੜਕਾਂ 'ਤੇ ਕੱਲ੍ਹ ਕਰਫਿਊ ਲੱਗਿਆ ਰਿਹਾ। ਭਾਵੇਂ ਐਤਵਾਰ ਦਾ ਦਿਨ ਹੋਣ ਕਰਕੇ, ਛੁੱਟੀ ਹੋਣ ਕਰਕੇ ਜਿਹੜੇ ਮੁਲਾਜ਼ਮ ਨੇ ਜਾਂ ਵਿਦਿਆਰਥੀ ਨੇ ਉਹ ਤਾਂ ਪਰੇਸ਼ਾਨ ਹੋਣ ਤੋਂ ਬਚ ਗਏ, ਅਤੇ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਰੈਲੀ ਬਾਰੇ ਪਤਾ ਸੀ ਉਹ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਰਹੇ। ਪਤਾ ਸੀ ਕਿ ਸਾਰਾ ਇਲਾਕਾ ਪੁਲਿਸ ਦੀ ਛਾਉਣੀ ਬਣਿਆ ਹੋਇਆ। ਬਠਿੰਡਾ, ਮਾਨਸਾ, ਤਲਵੰਡੀ ਸਾਬੋ ਅਤੇ ਰਾਮਪੁਰਾ ਤੋਂ ਮੌੜ ਮੰਡੀ ਨੂੰ ਆਉਣ ਵਾਲੀਆਂ ਸੜਕਾਂ 'ਤੇ ਕਈ ਕਈ ਕਿਲੋਮੀਟਰ ਤੱਕ ਸੁੰਨ ਪਸਰੀ ਰਹੀ, ਕਿਉਂਕਿ ਇਹਨਾਂ ਸੜਕਾਂ 'ਤੇ ਸਥਿਤ ਪਿੰਡਾਂ ਦੇ ਮੁੱਖ ਰਾਹਾਂ ਮੂਹਰੇ ਪੁਲਿਸ ਦੇ ਵਾਹਨ ਖੜ੍ਹੇ ਕਰਕੇ ਇਹਨਾਂ ਰਾਹਾਂ ਨੂੰ ਬੰਦ ਕੀਤਾ ਹੋਇਆ ਸੀ, ਅਤੇ ਲੋਕਾਂ ਨੂੰ ਪੂਰਾ ਦਿਨ ਜੇਲ੍ਹਾਂ ਅੰਦਰ ਤੜੇ ਰਹਿਣ ਵਰਗੇ ਹਾਲਾਤਾਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਲੋਕਾਂ ਨੇ ਜਿਨ੍ਹਾਂ ਨੇ ਆਪੋ ਆਪਣੇ ਕੰਮਕਾਰ ਜ਼ਰੂਰੀ ਕਰਨੇ ਸੀ ਉਹ ਤਾਂ ਕਰਨੇ ਹੀ ਸੀ। ਅਤੇ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਸੁਭਾਏਮਾਨ ਹੈ, ਅਤੇ ਇਹ ਛੁੱਟੀ ਦਾ ਦਿਨ ਹੋਣ ਕਰਕੇ ਵਾਹਵਾ ਲੋਕ ਉੱਧਰ ਨੂੰ ਵੀ ਜਾਂਦੇ ਨੇ।
ਪੰਜਾਬ ਸਰਕਾਰ ਨੇ ਪਾਰਟੀ ਦੇ ਵਲੰਟੀਅਰਾਂ ਨੂੰ PRTC ਦੀਆਂ ਬੱਸਾਂ ਰਾਹੀਂ ਮੁੱਖ ਮੰਤਰੀ ਦੀ ਰੈਲੀ 'ਚ ਲਿਜਾਣ ਦਾ ਪ੍ਰਬੰਧ ਕੀਤਾ ਹੋਇਆ ਸੀਗਾ ਅਤੇ ਬਠਿੰਡਾ ਬੱਸ ਸਟੈਂਡ ਵਿੱਚ ਯਾਤਰੀਆਂ ਨੂੰ ਇਸ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਜਿਨ੍ਹਾਂ ਲੋਕਾਂ ਨੇ ਸਫ਼ਰ ਕਰਨੇ ਸੀ, ਖਾਸ ਕਰਕੇ ਮੁਫ਼ਤ ਸਫ਼ਰ ਔਰਤਾਂ ਲਈ ਸਹੂਲਤ ਹੈ, ਉਹਨਾਂ ਨੂੰ ਕਾਫ਼ੀ ਖੱਜਲ ਖੁਆਰ ਹੋਣਾ ਪਿਆ ਕਿਉਂਕਿ PRTC ਦੀਆਂ 134 ਤੋਂ ਵੱਧ ਬੱਸਾਂ ਨੂੰ ਰੈਲੀ ਦੇ ਵਿੱਚ ਭੇਜਿਆ ਗਿਆ ਸੀ ਇਕੱਲੇ ਬਠਿੰਡਾ ਬੱਸ ਅੱਡੇ ਤੋਂ। ਰੈਲੀ ਮੌਕੇ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਾਸ਼ਣ ਕਰ ਰਹੇ ਸਨ ਤਾਂ ਉਸ ਵਕਤ ਮੋਬਾਈਲ ਟਾਵਰ 'ਤੇ ਚੜ੍ਹੇ ਮੋਟੀਵੇਟਰਾਂ ਨੇ ਭਾਸ਼ਣ ਦੀ ਇੱਕ ਤਰੀਕੇ ਨਾਲ ਫੂਕ ਕੱਢ ਦਿੱਤੀ। ਇਹਨਾਂ ਨੇ ਇੱਥੇ ਜਾਮ ਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਇਹਨਾਂ ਨੂੰ ਪਾਸੇ ਹਟਾ ਦਿੱਤਾ ਸੀ, ਪਰ ਰੌਲਾ ਰੱਪਾ ਖੂਬ ਪੈਂਦਾ ਰਿਹਾ। VIP ਕਲਚਰ ਖੂਬ ਦੇਖਣ ਨੂੰ ਮਿਲਿਆ, ਇਸ ਦੇ ਚੱਲਦਿਆਂ ਆਮ ਲੋਕ ਖੱਜਲ ਖੁਆਰ ਵੀ ਹੁੰਦੇ ਰਹੇ, ਇੱਥੋਂ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਪ੍ਰੈਸ ਗੈਲਰੀ ਤੱਕ ਪਹੁੰਚਣ ਲਈ ਭਾਰੀ ਜੱਦੋ ਜਹਿਦ ਕਰਨੀ ਪਈ। ਲੋਕਾਂ ਨੂੰ ਭਾਵੇਂ ਨੀਲੇ ਪਾਸ ਜਾਰੀ ਕੀਤੇ ਗਏ ਸਨ ਪਰ ਆਮ ਲੋਕ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਦੇ ਦਿਖਾਈ ਦਿੱਤੇ, ਜਿਸ ਕਾਰਨ VIP ਲੋਕਾਂ ਲਈ ਵਿਸ਼ੇਸ਼ ਗੈਲਰੀ ਦੀ ਰੌਣਕ ਤਕਰੀਬਨ ਫਿੱਕੀ ਰਹੀ, ਖਾਲੀ ਹੀ ਰਹੀ। ਇਹ ਵੀ ਪਤਾ ਲੱਗਿਆ ਕਿ ਰੈਲੀ 'ਚ ਪਹੁੰਚਣ ਦੀ ਆਸ ਲੈ ਕੇ ਪਹੁੰਚੇ ਲੋਕਾਂ ਨੂੰ ਬੱਸਾਂ ਨੇ ਰੈਲੀ ਵਾਲੀ ਥਾਂ ਤੋਂ 1.5-2 ਕਿਲੋਮੀਟਰ ਪਹਿਲਾਂ ਹੀ ਤਾਰ ਦਿੱਤਾ ਸੀ, ਜਿਸ ਕਰਕੇ ਬਜ਼ੁਰਗਾਂ ਨੇ ਤਾਂ ਬੱਸਾਂ 'ਚ ਬਹਿ ਕੇ ਹੀ ਜ਼ਿਆਦਾਤਰ ਸਮਾਂ ਗੁਜ਼ਾਰਿਆ। ਆਮ ਆਦਮੀ ਪਾਰਟੀ ਜਿਹੜੀ VIP ਕਲਚਰ ਦੇ ਖਿਲਾਫ਼ ਹਮੇਸ਼ਾ ਵਿਰੋਧੀ ਪਾਰਟੀਆਂ ਨੂੰ ਕੋਸਦੀ ਹੁੰਦੀ ਸੀ ਜਦੋਂ ਉਹ ਸੱਤਾ ਦੇ ਵਿੱਚ ਹੁੰਦੇ ਸਨ, ਅਤੇ ਹੁਣ ਆਮ ਆਦਮੀ ਪਾਰਟੀ ਖੁਦ ਹੀ VIP ਕਲਚਰ ਦੇ ਵਿੱਚ ਇੰਨਾ ਕੁ ਮਗਨ ਹੋ ਚੁੱਕੀ ਹੈ ਕਿ ਵਿਰੋਧੀ ਵੀ ਨਿਸ਼ਾਨੇ ਲਾਉਣੋਂ ਰਹਿੰਦੇ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਕੋਈ ਵੀ ਅਹੁਦਾ ਨਾ ਹੋਣ ਦੇ ਬਾਵਜੂਦ ਉਹਨਾਂ ਨੂੰ VVIP ਕਲਚਰ ਦੇਣ ਦਾ ਦਾਅਵਾ ਕੀਤਾ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਮਾਣਿਕ ਗੋਇਲ ਦੇ ਵੱਲੋਂ ਸਾਂਝੀ ਕੀਤੀ ਵੀਡੀਓ ਨੂੰ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਕਿ ਦੱਸਣ ਕਿ CM ਭਗਵੰਤ ਮਾਨ ਦੀ ਪਤਨੀ ਕੋਲ ਕਿਹੜਾ ਸਰਕਾਰੀ ਅਹੁਦਾ ਹੈ ਜਿਹੜਾ ਉਹਨਾਂ ਨੂੰ ਇੰਨੀ ਵੱਡੀ ਸੁਰੱਖਿਆ ਦਿੱਤੀ ਜਾ ਰਹੀ ਹੈ। ਹੁਣ ਗੱਲ ਕਰਦੇ ਹਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਜਿੱਤੇਗਾ ਪੰਜਾਬ ਰੈਲੀ ਦੀ। ਇੱਥੇ ਸਿੱਧੂ ਨੇ ਜਿੱਤੇਗਾ ਪੰਜਾਬ ਦਾ ਨਾਰਾ ਬੁਲੰਦ ਕਰਕੇ ਲੋਕ ਸਭਾ ਚੋਣਾਂ ਦਾ ਆਗਾਜ਼ ਆਪਣੇ ਵੱਲੋਂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਗੱਠਜੋੜ ਹੈ ਉਸ 'ਤੇ ਸਿੱਧੂ ਨੇ ਬੜਾ ਅਹਿਮ ਬਿਆਨ ਦਿੰਦਿਆਂ ਐਤਕੀ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਰਕਾਰ ਦੇ ਨੁਮਾਇੰਦੇ 2020 ਦਾ ਮੈਚ ਖੇਡ ਰਹੇ ਨੇ। ਜੇ ਇਹਨਾਂ ਦਾ ਗੱਠਜੋੜ ਹੁੰਦਾ ਤਾਂ ਗੱਠਜੋੜ ਦੇ ਸਾਰੇ ਉਮੀਦਵਾਰਾਂ ਦਾ ਹਾਰਨਾ ਤੈਅ ਹੈ। ਇਹ ਸਿੱਧੂ ਦਾ ਇੱਕ ਵੱਡਾ ਬਿਆਨ ਹੈ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਇਸ ਗੱਠਜੋੜ ਦੀ ਹਮਾਇਤ ਕਰਦੇ ਰਹੇ ਨੇ ਕਿ ਕਾਂਗਰਸ ਹਾਈਕਮਾਂਡ ਜੋ ਕਹਿੰਦੀ ਹੈ ਉਹਦੀ ਗੱਲ ਮੰਨਣੀ ਚਾਹੀਦੀ ਹੈ, ਪਰ ਕੱਲ੍ਹ ਵਾਲਾ ਬਿਆਨ ਉਹਨਾਂ ਦਾ ਕਾਫ਼ੀ ਅਹਿਮ ਹੈ। ਆਮ ਆਦਮੀ ਪਾਰਟੀ ਦੇ ਨਿਸ਼ਾਨੇ ਲਾਉਂਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਾਨ ਸਰਕਾਰ ਨੇ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ। ਇਹਨਾਂ ਨੇ 2 ਸਾਲਾਂ ਦੇ ਵਿੱਚ ਹੀ 70,000 ਕਰੋੜ ਦਾ ਸੂਬੇ ਨੂੰ ਕਰਜ਼ਈ ਕਰ ਦਿੱਤਾ। ਸ਼ਰਾਬ ਤੇ ਕੇਬਲ ਮਾਫੀਆ ਸਰਕਾਰੀ ਸ਼ਹਿ ਤੇ ਲਗਾਤਾਰ ਕਹਿੰਦੇ ਲੋਕਾਂ ਨੂੰ ਲੁੱਟ ਰਹੇ ਨੇ, ਪਰ ਗੁਰੂ ਦੇ ਫਲਸਫੇ ਦਾ ਸੂਬੇ ਅੰਦਰ ਪ੍ਰਚਾਰ ਕਰਨ ਦੇ ਨਾਲ ਨਾਲ ਮਖੌਟੇਬਾਜ਼ ਲੋਕਾਂ ਦਾ ਕਹਿੰਦੇ ਅਸੀਂ ਪਰਦਾ ਫਾਸ਼ ਕਰਾਂਗੇ। ਰੈਲੀ ਵਿੱਚ ਪਹੁੰਚੇ ਲੋਕਾਂ ਦੇ ਵੱਡੇ ਇਕੱਠ ਨੂੰ ਦੇਖ ਕੇ ਬਾਗੋ ਬਾਗ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਜੇ ਇਸੇ ਤਰ੍ਹਾਂ ਤੁਹਾਡਾ ਆਸ਼ੀਰਵਾਦ ਮਿਲਦਾ ਰਿਹਾ ਤਾਂ ਉਹ ਲੋਕਾਂ ਅੱਗੇ ਲੋਕ ਪੱਖੀ ਵਿਜ਼ਨ ਪੇਸ਼ ਕਰਕੇ ਸੂਬੇ ਨੂੰ ਕਰਜ਼ੇ ਦੀ ਦਲਦਲ ਵਿੱਚੋਂ ਅਤੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ 'ਚੋਂ ਬਾਹਰ ਕੱਢਣ ਲਈ ਉਪਰਾਲੇ ਕਰਨਗੇ। ਹਾਲਾਂਕਿ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਚੋਣ ਨਹੀਂ ਲੜਨਗੇ। ਕੋਈ ਪੰਜਾਬੀ ਹਾਰ ਨਹੀਂ ਦਊ ਤੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਰਾਜ ਦੇ ਕੇ ਐਸਾ ਜਿਤਾਉਣ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ। ਅੱਜ ਮੈਂ ਕਹਿੰਦਾ
ਪੰਜਾਬ ਹਾਰਦਾ ਹੈ। ਤੇਰੀ ਸਾਬਕਾ ਮੁੱਖ ਮੰਤਰੀ ਬਣਦੇ ਆਏ ਆ ਤੇ ਧੰਦਾ ਕਰਦੇ ਆਏ ਆ, ਬਿਜ਼ਨਸ ਕਰਦੇ ਆਏ ਆ, ਪੰਜਾਬ ਨੂੰ ਵੇਚਦੇ ਆਏ ਆ, ਪੰਜਾਬ ਨੂੰ ਫਿਰ ਵੀ ਕਰਦੇ ਆਏ ਆ। ਗੁਰੂਆਂ ਦਾ ਬਸੇਰਾ ਸਿੱਧੂ ਢਹਿ ਨਹੀਂ ਦਿੰਦਾ, ਆਪਣੇ ਲਈ ਕੁਛ ਮੰਗਦਾ ਨਹੀਂ ਤੇ ਇਹਨਾਂ ਦੇ ਖਿਲਾਫ ਲੜਾਈ ਲੜੂ, ਘਰ ਘਰ ਜਾਊ ਤੇ ਕਹੂ ਤੁਸੀਂ ਗੁਰੂ ਦਾ ਫਲਸਫਾ ਪੜ ਲਓ ਤੇ ਲੋਕਾਂ ਦਾ ਰਾਜ ਉਸੇ ਦਿਨ ਸਥਾਪਿਤ। ਪੰਜਾਬ ਤੁਹਾਡੇ ਸਾਹਮਣੇ ਲੈ ਕੇ ਪੰਜਾਬ ਹਾਰਦਾ ਹੈ, ਮੁੱਖ ਮੰਤਰੀ ਘਰ ਭਰਦੇ ਰਹੇ ਹੈ, ਧੰਦਾ ਕਰਦੇ ਰਹੇ ਹੈ, ਪੰਜਾਬ ਦੇ 60,000 ਕਰੋੜ ਰੁਪਈਏ ਸਾਲ ਦੇ ਲੁੱਟਦੇ ਰਹੇ ਹੈ, ਕਰਜ਼ਿਆਂ ਦੇ ਸਰਕਾਰਾਂ ਚਲਾਉਂਦੇ ਰਹੇ ਹੈ। ਇਹ ਜਿੱਤੇ ਦਾ ਪੰਜਾਬ ਉਮੀਦ ਹੈ, ਇਹ ਉਮੀਦ ਹੈ ਨੌਜਵਾਨਾਂ ਦੇ ਹੋ ਗਿਆ, ਇਹ ਜਿੱਤੇ ਦਾ ਪੰਜਾਬ ਉਮੀਦ ਹੈ ਕਿਸਾਨਾਂ ਦੀ ਖੁਸ਼ਹਾਲੀ ਦੀ, ਇਹ ਉਮੀਦ ਹੈ ਇੱਜ਼ਤ ਦੀ ਰੋਟੀ ਦੀ, ਤੁਹਾਡੇ ਮਾਨ ਸਨਮਾਨ ਦੀ, ਇਹ ਉਮੀਦ ਹੈ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ। ਇਹ ਰੰਗਲਾ ਪੰਜਾਬ ਕਹਿਣ ਵਾਲੇ ਕੰਗਲਾ ਪੰਜਾਬ ਖੜਾ ਕਰਤਾ ਤੁਹਾਡੇ ਸਾਹਮਣੇ, ਕੰਗਲਾ ਪੰਜਾਬ। ਸੋ ਬਠਿੰਡੇ ਦੇ ਵਿੱਚ ਇਹ ਦੋ ਰੈਲੀਆਂ ਹੋਈਆਂ ਨੇ, ਇੱਕ ਰੈਲੀ ਤਾਂ ਸਿੱਧਾ ਸਿੱਧਾ ਬਾਦਲਾਂ ਨੂੰ ਚੈਲੰਜ ਕਰ ਰਹੀ ਹੈ, ਤੇ ਐਤਕੀ ਲੋਕ ਸਭਾ ਚੋਣਾਂ ਦੇ ਵਿੱਚ ਜੇ ਬੀਬਾ ਹਰਸਿਮਰਤ ਕੌਰ ਬਾਦਲ ਇਸੇ ਹਲਕੇ ਤੋਂ ਚੋਣ ਲੜਦੇ ਨੇ ਤਾਂ ਲੱਗਦਾ ਕਿ ਪੂਰੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਹਲਕੇ ਦੇ ਵਿੱਚ ਡਟਣਾ ਪਊਗਾ, ਕਿਉਂਕਿ ਐਤਕੀ ਬਾਦਲਾਂ ਦੀ ਜਿੱਤ ਨੂੰ ਯਕੀਨੀ ਨਹੀਂ ਕਿਹਾ ਜਾ ਸਕਦਾ। ਤੇ ਜੇ ਹਰਸਿਮਰਤ ਕੌਰ ਬਾਦਲ ਐਤਕੀ ਵੀ ਲੋਕ ਸਭਾ ਚੋਣ ਲੜਨਗੇ, ਇੱਥੋਂ ਹੀ ਖੜ੍ਹੇ ਹੋਣਗੇ, ਅਤੇ ਜੇ ਉਹ ਜਿੱਤਣ ਦੀ ਬਜਾਏ ਹਾਰ ਜਾਂਦੇ ਨੇ ਤਾਂ ਇਹ ਬਾਦਲ ਪਰਿਵਾਰ ਦੇ ਲਈ ਕਿਸੇ ਵੱਡੀ ਨਮੋਸ਼ੀ ਤੋਂ ਘੱਟ ਨਹੀਂ ਹੋਵੇਗਾ। ਜਗਤਾਰ ਸਿੰਘ ਹਵਾਰਾ ਕਮੇਟੀ ਸਮੇਤ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਰੇ ਜਲਾਵਤਨੀ ਅਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਦੇ ਲਈ ਅਰਦਾਸ ਕੀਤੀ ਗਈ। ਅਰਦਾਸ ਸਮਾਗਮ ਦੇ ਵਿੱਚ ਹਵਾਰਾ ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ, ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ, ਦਮਦਮੀ ਟਕਸਾਲ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਸਿੱਖ ਲੀਡਰ ਪਹੁੰਚੇ ਹੋਏ ਸਨ। ਇਹਨਾਂ ਨੇ ਕਿਹਾ ਕਿ ਪੰਥਕ ਜਥੇਬੰਦੀਆਂ ਵੱਲੋਂ ਇੰਗਲੈਂਡ, ਜਰਮਨ, ਫਰਾਂਸ, ਬੈਲਜੀਅਮ, ਹਾਲੈਂਡ ਅਤੇ ਸਵਿਟਜ਼ਰਲੈਂਡ ਵਿੱਚ ਵੀ ਅਰਦਾਸ ਦਿਵਸ ਮਨਾਇਆ ਜਾ ਰਿਹਾ ਹੈ। 78 ਤੋਂ ਚੱਲੇ ਸੰਘਰਸ਼ ਵਿੱਚ ਸ਼ਹੀਦ ਹੋਏ ਸਾਰੇ ਸਿੰਘਾਂ ਸਮੇਤ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਜਰ ਨੂੰ ਵੀ ਯਾਦ ਕੀਤਾ ਗਿਆ। ਉਹਨਾਂ ਦੋਸ਼ ਲਾਇਆ ਕਿ ਭਾਰਤੀ ਹਕੂਮਤ ਨੇ ਮਿੱਥ ਕੇ ਵਿਦੇਸ਼ਾਂ ਦੇ ਵਿੱਚ ਸਿੱਖ ਆਗੂਆਂ ਨੂੰ ਖਤਮ ਕਰਵਾਉਣਾ ਸ਼ੁਰੂ ਕਰ ਰੱਖਿਆ। ਉਧਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਅਤੇ ਸਮੂਹਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੀ ਪਰਿਵਾਰ ਦੇ ਵੱਲੋਂ ਅਰਦਾਸ ਸਮਾਗਮ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦੇ ਤਹਿਤ ਕੱਲ੍ਹ ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਅਰਦਾਸ ਕੀਤੀ ਗਈ। ਪਹਿਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਕੱਲ੍ਹ ਤੜਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਫਿਰ ਅਰਦਾਸ ਕੀਤੀ ਗਈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਬਲਵਿੰਦਰ ਕੌਰ ਅਤੇ ਤਰਸੇਮ ਸਿੰਘ ਪਹੁੰਚੇ ਹੋਏ ਸਨ। ਹੋਰ ਵੀ ਸਿੱਖ ਜਥੇਬੰਦੀਆਂ ਦੇ ਕਾਫ਼ੀ ਸਮਰਥਕ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਨਾਲ ਹੀ ਸੰਭਵ ਹੋ ਸਕੂਗੀ। ਉਹਨਾਂ ਦੋਸ਼ ਲਾਇਆ ਕਿ ਹਕੂਮਤਾਂ ਨੇ ਝੂਠ ਦੇ ਜਾਲ ਬੁਣ ਕੇ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ, ਜਿਸ ਤੋਂ ਸਪਸ਼ਟ ਹੈ ਕਿ ਸਰਕਾਰਾਂ ਸਹਿਮ ਗਈਆਂ ਨੇ ਅਤੇ ਉਹ ਸਿੱਖ ਨੌਜਵਾਨਾਂ ਨੂੰ ਧਰਮ ਨਾਲ ਜੁੜਨ ਅਤੇ ਧਰਮ ਦੇ ਰਾਹ 'ਤੇ ਚੱਲਣ ਤੋਂ ਰੋਕ ਰਹੀਆਂ ਨੇ, ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਪ੍ਰਭਾਵਸ਼ਾਲੀ ਨਸ਼ਾ ਛਡਾਊ ਲਹਿਰ ਸ਼ੁਰੂ ਕੀਤੀ ਸੀ। ਇਸ ਸਿਲਸਿਲੇ ਤਹਿਤ ਪਰਿਵਾਰ ਵੱਲੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਅਰਦਾਸ ਕੀਤੀ ਜਾ ਚੁੱਕੀ ਹੈ ਅਤੇ ਹੁਣ ਪੰਜਵੀਂ ਅਰਦਾਸ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਵਿਖੇ ਕੀਤੀ ਜਾਵੇਗੀ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੱਲ ਰਾਜਸਥਾਨ ਦੀ ਜੋਧਪੁਰ ਜੇਲ੍ਹ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ। ਜੇਲ੍ਹ ਪ੍ਰਸ਼ਾਸਨ ਵੱਲੋਂ ਉਲੀਕੇ ਪ੍ਰੋਗਰਾਮ ਦੇ ਵਿੱਚ ਜਥੇਦਾਰ ਸਾਹਿਬ ਨੇ ਸੁਧਾਰ ਘਰ ਦੇ ਕੈਦੀਆਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਚਾਨਣਾ ਪਾਇਆ, ਨਾਲ ਹੀ ਮਨੁੱਖਤਾ ਦੀ ਸੇਵਾ ਲਈ ਜੀਵਨ ਜਿਉਣ ਦੀ ਪ੍ਰੇਰਣਾ ਵੀ ਦਿੱਤੀ। ਗਿਆਨੀ ਹਰਪ੍ਰੀਤ ਸਿੰਘ ਦਾ ਜੇਲ੍ਹ ਪ੍ਰਸ਼ਾਸਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੀ ਜਾਣਕਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕਰਦਿਆਂ ਲਿਖਿਆ ਕਿ ਅਚਾਨਕ ਜੋਧਪੁਰ ਜੇਲ੍ਹ ਦੇ ਵਿੱਚ ਜੋਧਪੁਰ ਦੇ ਸਿੱਖਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪ ਜੀ ਦੇ ਜੀਵਨ ਤੇ ਬਾਣੀ ਬਾਰੇ ਕੈਦੀਆਂ ਨੂੰ ਜਾਣਕਾਰੀ ਦੇਣ ਦਾ ਸੱਦਾ ਮਿਲਿਆ। ਬਿਨਾਂ ਝਿਜਕ ਇਹ ਸੋਚ ਕੇ ਸੱਦਾ ਕਬੂਲ ਕਰ ਲਿਆ ਕਿ ਇਸ ਜੇਲ੍ਹ ਨਾਲ ਸਾਡਾ ਗੂੜਾ ਰਿਸ਼ਤਾ ਹੈ। ਸਾਡੇ ਨੌਜਵਾਨ 84 ਦੇ ਘੱਲੂਘਾਰੇ ਦੌਰਾਨ ਕਈ ਕਈ ਸਾਲ ਇੱਥੇ ਬੰਦ ਰਹੇ। ਉੱਚੀਆਂ ਕੰਧਾਂ ਤੇ ਨੀਵੀਆਂ ਛੱਤਾਂ ਵਾਲੇ ਸੈੱਲਾਂ ਤੇ ਚੱਕੀਆਂ ਦੇ ਵਿੱਚ ਉਹਨਾਂ ਨੇ ਬਾਣੀ ਪੜ੍ਹਦਿਆਂ ਇੱਥੇ ਸਮਾਂ ਬਤੀਤ ਕੀਤਾ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕੱਲ੍ਹ ਪੂਰੀ ਦੁਨੀਆਂ ਦੇ ਵਿੱਚ ਸਿੱਖ ਕੌਮ ਨੇ ਸ਼ਹੀਦੀ ਦਿਹਾੜਾ ਮਨਾਇਆ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਿੱਥੇ ਗੁਰੂ ਸਾਹਿਬ ਨੂੰ ਸੀਸ ਧੜ ਤੋਂ ਵੱਖਰਾ ਕਰਕੇ ਸ਼ਹੀਦ ਕੀਤਾ ਗਿਆ ਸੀ, ਉੱਥੇ ਸੁਭਾਏਮਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੱਡੇ ਸਮਾਗਮ ਕੀਤੇ ਗਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਸ਼ਹੀਦੀ ਦਿਹਾੜੇ ਮੌਕੇ SGPC ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਗੁਰੂ ਸਾਹਿਬ ਦੇ ਪਿਆਰੇ ਸਿੱਖਾਂ ਭਾਈ ਮਤੀਦਾਸ, ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ। ਦਿੱਲੀ ਦੇ ਵਿੱਚ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਡਾ ਨਗਰ ਕੀਰਤਨ ਸਜਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਪੋਹ ਦੇ ਮਹੀਨੇ ਵਿੱਚ ਐਨੀ ਦਿਨੀ ਸ਼ਹੀਦੀ ਪੰਦਰਵਾੜਾ ਵੀ ਚੱਲ ਰਿਹਾ ਹੈ। ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਹੋਈ ਸੀ ਤੇ 29 ਦਸੰਬਰ ਤੱਕ ਉਹਨਾਂ ਸਾਰੇ ਇਤਿਹਾਸਿਕ ਅਸਥਾਨਾਂ ਤੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਸਮਾਗਮ ਹੋਣਗੇ, ਜਿੱਥੇ ਜਿੱਥੇ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਪਹੁੰਚਿਆ ਸੀ। ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇੱਕ ਪਾਸੇ ਗੁਰੂ ਸਾਹਿਬ ਦੇ ਨਾਲ ਵੱਡੇ ਸਾਹਿਬਜ਼ਾਦੇ ਅਤੇ ਕੁਛ ਸਿੰਘ ਰਹਿ ਗਏ ਸਨ, ਦੂਸਰੇ ਪਾਸੇ ਛੋਟੇ ਲਾਲਾਂ ਅਤੇ ਮਾਤਾ ਗੁਜਰੀ ਜੀ ਦਾ ਜਥਾ ਵੱਖਰਾ ਹੋ ਗਿਆ ਸੀ ਤੇ ਤੀਜੇ ਪਾਸੇ ਗੁਰੂ ਸਾਹਿਬ ਦੇ ਮਹਿਲ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਜੀ ਤੇ ਹੋਰ ਕੁਝ ਸਿੰਘ ਵੱਖਰੇ ਹੋ ਗਏ ਸਨ। ਗੁਰੂ ਸਾਹਿਬ ਦੇ ਵੱਡੇ ਲਾਲਾਂ ਦੀ ਸ਼ਹਾਦਤ ਨੂੰ ਸਮਰਪਿਤ ਚਮਕੌਰ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਦੇ ਸਮਾਗਮ ਮਨਾਏ ਜਾਣਗੇ ਤੇ ਛੋਟੇ ਲਾਲਾਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਜਦਾ ਕਰਦਿਆਂ ਸੰਗਤ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਮਨਾਏ ਜਾਣਗੇ। ਸੰਗਤਾਂ ਹੁਣ ਤੋਂ ਹੀ ਵੱਡੀ ਗਿਣਤੀ ਵਿੱਚ ਇਹਨਾਂ ਧਾਰਮਿਕ ਅਸਥਾਨਾਂ ਤੇ ਸਜਦਾ ਕਰਨ ਲਈ ਪਹੁੰਚ ਰਹੀਆਂ ਨੇ। ਅੱਜ ਰੂਪਨਗਰ ਦੇ ਪਿੰਡ ਕੋਟਲਾ ਨਿਹੰਖਾਂ ਵਿੱਚ ਸਥਿਤ ਬੀਬੀ ਮੁਮਤਾਜ਼ ਦੇ ਜੱਦੀ ਘਰ ਦੇ ਵਿੱਚ ਕੀਰਤਨ ਦਰਬਾਰ ਹੋਵੇਗਾ। ਗੁਰਦੁਆਰਾ ਬੀਬੀ ਮੁਮਤਾਜ਼ ਇੱਕ ਉੱਚੀ ਪਹਾੜੀ ਤੇ ਬਣਿਆ ਹੋਇਆ, ਜਿੱਥੋਂ ਦੀ ਸੇਵਾ ਬੁੱਢਾ ਦਲ ਵੱਲੋਂ ਸਾਂਭੀ ਜਾ ਰਹੀ ਹੈ। ਬੀਬੀ ਮੁਮਤਾਜ਼ ਨਿਹੰਗ ਖਾਨ ਦੀ ਧੀ ਸਨ, ਜਿਨ੍ਹਾਂ ਨੇ ਗੰਭੀਰ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਦੀ ਆਪਣੇ ਘਰ ਵਿੱਚ ਸੇਵਾ ਕੀਤੀ ਸੀ। ਭਾਈ ਬਚਿੱਤਰ ਸਿੰਘ ਭਾਵੇਂ ਸ਼ਹੀਦ ਹੋ ਗਏ ਸਨ, ਪਰ ਬੀਬੀ ਮੁਮਤਾਜ਼ ਨੇ ਭਾਈ ਬਚਿੱਤਰ ਸਿੰਘ ਨੂੰ ਸਦਾ ਲਈ ਆਪਣਾ ਪਤੀ ਮੰਨ ਲਿਆ ਤੇ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ, ਭਗਤੀ ਕਰਦਿਆਂ ਜੀਵਨ ਬਤੀਤ ਕੀਤਾ। SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੱਲ੍ਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ ਹੋਏ ਸਨ, ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ SGPC ਸਮੇਤ ਸਾਰੀ ਸੰਗਤ ਨੂੰ ਸ਼ਹੀਦੀ ਪੰਦਰਵਾੜੇ ਦੌਰਾਨ ਲੰਗਰਾਂ ਦੇ ਵਿੱਚ ਮਿੱਠੇ ਪਕਵਾਨ ਨਾ ਬਣਾਉਣ ਦੀ ਇੱਕ ਵਾਰੀ ਫੇਰ ਅਪੀਲ ਕੀਤੀ ਅਤੇ ਨਗਰ ਕੀਰਤਨ ਦੇ ਵਿੱਚ ਪੰਜ ਪਿਆਰਿਆਂ ਤੋਂ ਇਲਾਵਾ ਕਿਸੇ ਨੂੰ ਵੀ ਸਿਰੋਪਾਓ ਨਾ ਦੇਣ ਦੇ ਨਿਰਦੇਸ਼ ਵੀ ਦਿੱਤੇ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 26 ਦਸੰਬਰ ਤੋਂ ਸਭਾ ਸ਼ੁਰੂ ਹੋਣੀ ਹੈ, ਪਰ ਹੁਣ ਤੋਂ ਹੀ ਵੱਡੀ ਗਿਣਤੀ ਵਿੱਚ ਇੱਥੇ ਸੰਗਤ ਪਹੁੰਚ ਰਹੀ ਹੈ।
SGPC ਵੱਲੋਂ ਸੰਗਤ ਦੀ ਹਰ ਸਹੂਲਤ ਲਈ ਵੱਡੇ ਪ੍ਰਬੰਧ ਕੀਤੇ ਗਏ ਨੇ। ਜਾਂਦੇ ਜਾਂਦੇ ਇੱਕ ਦੋ ਹੋਰ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋ ਮਾਫੀਆਂ ਮੰਗੀਆਂ ਸਨ, ਇੱਕ ਬੇਅਦਬੀ ਕਾਂਡ ਤੇ ਦੂਸਰੀ ਰੁੱਸੇ ਹੋਏ ਲੀਡਰਾਂ ਤੋਂ। ਸੁਖਬੀਰ ਬਾਦਲ ਨੇ AK ਦਾ ਸੱਦਾ ਦਿੱਤਾ ਸੀ, ਇਕੱਠੇ ਹੋਣ ਦਾ ਸੱਦਾ ਦਿੱਤਾ ਸੀ। ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਦੇ ਲੀਡਰਾਂ ਦੀ ਅਹਿਮ ਬੈਠਕ ਸੱਦ ਲਈ ਹੈ। 23 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਬੁਲਾਈ ਗਈ ਹੈ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੁੜ ਤੋਂ ਰਲੇਵੇਂ ਦਾ ਜਾਂ ਫਿਰ ਗੱਠਜੋੜ ਦਾ ਜਿਹੜਾ ਫੈਸਲਾ ਹੈ ਉਹ ਪਾਰਟੀ ਦੇ ਸਾਥੀਆਂ ਦੀ ਸਲਾਹ ਨਾਲ ਹੀ ਲਿਆ ਜਾਵੇਗਾ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਨਾਲ ਹਾਲੇ ਕੋਈ ਵੀ ਪ੍ਰੋਗਰਾਮ ਤੈਅ ਨਹੀਂ ਹੋਇਆ। ਉਹਨਾਂ ਸਪਸ਼ਟ ਕੀਤਾ ਕਿ ਰਣਜੀਤ ਸਿੰਘ ਤਲਵੰਡੀ ਦੇ ਭੋਗ ਤੇ ਅਸੀਂ ਇਕੱਠੇ ਹੋਏ ਸਨ, ਇਹ ਕੋਈ ਮੀਟਿੰਗ ਨਹੀਂ ਸੀ। ਲੰਡਨ ਦੇ ਵਿੱਚ ਇੱਕ ਸਿੱਖ ਨੌਜਵਾਨ ਲਾਪਤਾ ਹੋ ਗਿਆ। UK ਦੀ ਲੌਫਰੋ ਯੂਨੀਵਰਸਿਟੀ 'ਚ ਪੜ੍ਹ ਰਿਹਾ ਭਾਰਤੀ ਨੌਜਵਾਨ GS ਭਾਟੀਆ 15 ਦਸੰਬਰ ਤੋਂ ਲਾਪਤਾ ਹੈ। ਭਾਟੀਆ ਨੂੰ ਆਖਰੀ ਵਾਰ 15 ਦਸੰਬਰ ਨੂੰ ਪੂਰਬੀ ਲੰਡਨ ਦੇ ਕੈਨਰੀ ਵਾਫ ਵਿੱਚ ਦੇਖਿਆ ਗਿਆ ਸੀ। BJP ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਲੌਫਰੋ ਯੂਨੀਵਰਸਿਟੀ ਤੇ ਭਾਰਤੀ ਹਾਈ ਕਮਿਸ਼ਨ ਨੂੰ ਅਪੀਲ ਕਰਕੇ ਨੌਜਵਾਨ ਨੂੰ ਲੱਭਣ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ। UK ਦੀਆਂ ਸਿੱਖ ਸੰਸਥਾਵਾਂ ਤੇ ਭਾਰਤੀ ਭਾਈਚਾਰਾ ਵੀ ਪੂਰੀ ਸਰਗਰਮੀ ਨਾਲ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਦੇ ਵਿੱਚ ਸੀਤ ਲਹਿਰ ਕਰਕੇ ਠੰਡ ਨੇ ਪੂਰਾ ਜ਼ੋਰ ਫੜ ਲਿਆ ਹੈ। ਸੰਘਣੀ ਧੁੰਦ ਰੋਜ਼ਾਨਾ ਤੜਕੇ ਆਥਣੇ ਪੈ ਰਹੀ ਹੈ, ਜਨਜੀਵਨ ਧੁੰਦ ਦੇ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਕੱਲ੍ਹ ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਠੰਡਾ ਰਿਹਾ ਹੈ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਭਾਵੇਂ ਅੱਜ ਤੇ ਕੱਲ੍ਹ ਪੰਜਾਬ ਦੇ ਵਿੱਚ ਧੁੰਦ ਦੀ ਸੰਭਾਵਨਾ ਨਹੀਂ ਹੈ, ਪਰ ਅੱਜ ਵੀ ਕਿਤੇ ਨਾ ਕਿਤੇ ਧੁੰਦ ਪੈਂਦੀ ਦਿਖਾਈ ਦੇ ਰਹੀ ਹੈ। 20 ਤੋਂ ਲੈ ਕੇ 21 ਦਸੰਬਰ ਤੱਕ ਪੂਰੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਰਹੇਗੀ ਤੇ ਉਸ ਤੋਂ ਬਾਅਦ 22 ਤਰੀਕ ਤੋਂ ਲੈ ਕੇ ਲਗਾਤਾਰ ਹੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਕੱਲ੍ਹ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 23 ਡਿਗਰੀ ਸੈਲਸੀਅਸ ਤੱਕ ਰਿਹਾ। ਅੰਮ੍ਰਿਤਸਰ ਅਤੇ ਪਠਾਨਕੋਟ ਦੇ ਵਿੱਚ ਕਿਣਮਿਣ ਵੀ ਹੋਈ ਹੈ ਤੇ ਗੁਰਦਾਸਪੁਰ ਤਾਂ 5.5 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ ਰਿਹਾ ਹੈ। ਮੌਸਮ ਵਿਗਿਆਨੀਆਂ ਮੁਤਾਬਕ 22 ਦਸੰਬਰ ਨੂੰ ਹਿਮਾਲਿਆ ਖੇਤਰ ਵਿੱਚ ਪੱਛਮੀ ਗੜਬੜੀ ਦੇਖਣ ਨੂੰ ਮਿਲ ਸਕਦੀ ਹੈ, ਜਿਸ ਕਰਕੇ ਠੰਡ ਹੋਰ ਵੀ ਵਧੇਗੀ। ਠੰਡ ਵਧਣ ਕਰਕੇ ਤਾਪਮਾਨ ਵਿੱਚ 1 ਤੋਂ 2 ਡਿਗਰੀ ਸੈਲਸੀਅਸ ਤੱਕ ਦਾ ਹੋਰ ਨਿਘਾਰ ਦਰਜ ਕੀਤਾ ਜਾਊਗਾ ਤੇ ਠੰਡ ਵਧਣ ਕਰਕੇ ਜਿਹੜੇ ਰੋਜ਼ਾਨਾ ਤੜਕੇ ਤੜਕੇ ਕੰਮਾਂ 'ਤੇ ਜਾਂਦੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸਵੇਰੇ ਸਵੇਰੇ ਤਾਂ ਧੁੰਦ ਛਾਈ ਹੀ ਰਹਿੰਦੀ ਹੈ। ਪਰ ਦੂਜੇ ਪਾਸੇ ਗਰਮ ਕੱਪੜੇ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰੇ ਜ਼ਰੂਰ ਖਿੜੇ ਹੋਏ ਨੇ ਤੇ ਚਾਹ ਦੀਆਂ ਸਟਾਲਾਂ 'ਤੇ ਵੀ ਲਗਾਤਾਰ ਭੀੜ ਜੁਟੀ ਰਹਿੰਦੀ ਹੈ।